ਤੇ ਗਾਈਜ਼ ਯਾਰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਮੈਂ ਹੋਪ ਕਰਦਾ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਵਧੀਆ ਹੋਵੋਗੇ ਤੇ ਯਾਰ ਜਿਵੇਂ ਕਿ ਨਾ ਅੱਜ ਮਤਲਬ ਕਿ ਉਹਨੇ ਥੋੜਾ ਟਾਈਮ ਪਹਿਲੇ ਮੇਰੇ ਖਿਆਲ ਤੋਂ 1 ਕਾ ਅੱਧਾ ਘੰਟਾ ਹੀ ਹੋਇਆ ਹੋਵੇ ਤੇ ਮਤਲਬ ਇੱਕ ਬੰਦਾ ਸੀਗਾ ਯਾਰ ਠੀਕ ਹੈ ਤਾਂ ਉਹਦਾ ਨੇ ਮਤਲਬ ਕਿ 6.70 ਲੱਖ ਸਬਸਕ੍ਰਾਈਬਰਸ ਸੀਗੇ ਤੇ ਮਤਲਬ ਕਿ ਨਾ ਉਹਦਾ ਚੈਨਲ ਕਿਤੇ ਨਾ ਹੈਕ ਹੋ ਚੁੱਕਿਆ ਹੈ ਤੇ ਇਹ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਦੇਖੋ ਇੱਥੇ ਕਿੰਨਾ ਜ਼ਿਆਦਾ ਮਤਲਬ ਕਿ ਉਹ ਚੀਜ਼ ਫੈਲੀ ਹੋਈ ਹੈ ਸਾਈਬਰ ਮਤਲਬ ਤੁਸੀਂ ਇਹ ਵਰਡ ਸੁਨੇ ਹੋਗਾ ਯਾਰ ਇਹ ਸਾਈਬਰ ਕ੍ਰਾਈਮ ਵਗੈਰਾ ਜਿਹੜੇ ਅਕਾਊਂਟਸ ਵਗੈਰਾ ਹੈਕ ਕਰ ਲੈਂਦੇ ਨੇ ਤੇ ਉਸ ਤੋਂ ਬਹੁਤ ਤੁਹਾਨੂੰ ਪਤਾ ਉਹਨਾਂ ਦਾ ਮਤਲਬ ਕਿ ਮੈਸੇਜ ਵਗੈਰਾ ਕੀ ਫਿਲਮੀ ਸਾਰੀ ਦੇਖ ਕੇ ਮੈਂ ਫਿਲਮਾਂ 'ਚ ਦੇਖਿਆ ਜ਼ਿਆਦਾਤਰ ਵੀ ਕਿੱਦਾਂ ਕਿੱਦਾਂ ਕਰਦੇ ਹੈਕ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਤੰਗ ਕਰਦੇ ਹੁੰਦੇ ਵੀ ਜੇ ਤੁਹਾਨੂੰ ਇਹ ਚੀਜ਼ ਚਾਹੀਦੀ ਤੁਸੀਂ ਬਦਲੇ ਸਾਨੂੰ ਇੰਨੇ ਪੈਸੇ ਦੇ ਕੋ ਕਰੋ ਉਹ ਕਰੋ ਬਟ ਯਾਰ ਦੇਖੋ YouTube ਇੱਕ ਕਿੱਦਾਂ ਵੱਡਾ ਪਲੇਟਫਾਰਮ ਹੈ ਤੇ ਕਦੋਂ ਤੋਂ ਚੱਲਦਾ ਆਂਦਿਆ ਵੇ ਸੋ ਮਤਲਬ ਇੱਥੇ ਜ਼ਿਆਦਾਤਰ ਹਰ ਬੰਦੇ ਨੂੰ ਸ YouTube ਬਟ ਯਾਰ ਇਹਦੀ ਗਾਈਡਲਾਈਨਸ ਵੀ ਬਹੁਤ ਵਧੀਆਂ ਨੇ ਬਟ ਇੱਕ ਹੋਰ ਚੀਜ਼ ਹੈ ਸਿਕਿਉਰਿਟੀ ਯਾਰ ਸਿਕਿਉਰਿਟੀ ਤੇ ਫਿਰ ਹੁਣ ਅੱਜ ਸਵਾਲ ਉੱਠ ਚੁੱਕਿਆ ਵੇ ਕਿ ਯਾਰ ਇੰਨੇ ਬੰਦਿਆਂ ਦਾ ਜਿਹੜਾ ਚੈਨਲ ਹੈ ਮਤਲਬ ਕਿ ਹੈਕ ਕਿਉਂ ਹੁੰਦੇ ਆ ਯਾਰ ਇਹ ਦ 7 ਲੱਖ ਸਬਸਕ੍ਰਾਈਬਰ ਕਰਨ ਚ ਗਾਈਜ਼ ਇੱਧਰ ਮਤਲਬ ਕਿ ਨਾ ਹਜ਼ਾਰ ਕੰਪਲੀਟ ਕਰਨ ਚ ਬੰਦੇ ਦੀ ਪੂਰੀ ਜਾਨ ਨਿਕਲ ਜਾਂਦੀ ਹੈ ਵੀ ਹਰ ਇੱਕ 10 ਹਜ਼ਾਰ ਕੰਪਲੀਟ ਕਰੀਏ ਕਿਹੜੀ ਕਿਹੜੀ ਵੀਡੀਓਜ਼ ਅਪਲੋਡ ਕਰੀਏ ਇੱਧਰ ਇੱਧਰ ਕਰਕੇ ਬਟ ਉਸ ਬੰਦੇ ਦੇ 7 ਲੱਖ ਸਬਸਕ੍ਰਾਈਬਰ ਤੁਸੀਂ ਸੋਚ ਸਕਦੇ ਹੋ ਦੇ ਦਿਲ ਤੇ ਕੀ ਬੀਤਦੀ ਹੋਣੀ ਹੈ ਤੇ ਗਾਈਜ਼ ਯਾਰ ਮਤਲਬ ਕਿ ਨਾ ਇੰਨਾ ਕੋ ਦੁੱਖ ਵਾਲਾ ਕੰਮ ਹੋਇਆ ਨਾ ਇਹ ਵਾਲਾ ਮਤਲਬ ਕਿ ਉਸ ਬੰਦੇ ਦੇ ਵਾਸਤੇ ਵੀ ਕਿਉਂਕਿ ਉਹਦੀ ਫੈਮਿਲੀ ਬੈਕਗ੍ਰਾਉਂਡ ਵੀ ਨਹੀਂ ਸਾਨੂੰ ਪਤਾ ਵੀ ਕੀ ਹਿਸਾਬ ਸੀਗਾ ਬਟ ਬਟ ਇਸ ਗੱਲ ਕਰਕੇ ਯਾਰ ਆਪਾਂ ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਤੁਹਾਨੂੰ ਮੈਂ ਦੱਸ ਦਿੰਦਾ ਵੀ ਉਸ ਬੰਦੇ ਦੀ ਸਕਰੀਨ ਰਿਕਾਰਡਿੰਗ ਤੁਸੀਂ ਦੇਖਦੇ ਹੋਗੇ ਨਾਲ-ਨਾਲ ਚੱਲਣ ਦੀ ਹੈ ਇੱਥੇ ਸਾਈਡ ਤੇ ਮੇਰੇ ਸੇ ਨਾਲੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ ਵਾ ਵੀ ਆਪਾਂ ਨੂੰ ਨਾ ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਜੇ ਤੁਹਾਨੂੰ ਇਹ ਵੀਡੀਓ ਬਿਲਕੁਲ ਮਤਲਬ ਕਿ 1% ਵੀ ਇਨਫੋਰਮੇਟਿਵ ਲੱਗਣ ਦੀ ਹੈ ਨਾ ਸੋ ਪਲੀਜ਼ ਯਾਰ ਇਸ ਵੀਡੀਓ ਨੂੰ ਮਤਲਬ ਕਿ ਜਿੰਨਾ ਹੋ ਸਕੇ ਉਹਨਾਂ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ ਤੇ ਅੱਗੇ ਉਹਨਾਂ ਨੂੰ ਵੀ ਕਦੇ ਵੀ ਸ਼ੇਅਰ ਕਰੋ ਤੇ ਜਿਹਦੇ ਨਾਲ ਵੀ ਮਤਲਬ ਕਿ YouTube ਨੂੰ ਵੀ ਇਸ ਚੀਜ਼ ਬਾਰੇ ਪਤਾ ਮਤਲਬ YouTube ਨੂੰ ਤਾਂ ਪਤਾ ਲੱ ਆਨ ਵੀ ਪਤਾ ਲੱਗੇ ਵੀ ਆਪਾਂ ਨੂੰ ਆਪਣੀ ਸਿਕਿਉਰਿਟੀ ਵਾਸਤੇ ਕਿੰਨਾ ਕੁਝ ਕਰਨਾ ਚਾਹੀਦਾ ਤੇ ਕਿੱਦਾਂ-ਕਿੱਦਾਂ ਮਤਲਬ ਕਿ ਸਾਰੀਆਂ ਚੀਜ਼ਾਂ ਕਰਨੀ ਚਾਹੀਦੀ ਕਦੀ ਵੀ ਕੋਈ ਵੀ ਚੀਜ਼ ਦੀ ਵਿੱਚ ਨਾ ਅੰਗੈਲੀ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਆਪਣੇ YouTube ਚੈਨਲ ਤੇ ਬਿਲਕੁਲ ਸਿਕਿਉਰਿਟੀ ਵਗੈਰਾ ਸਭ ਕੁਝ ਲਾ ਕੇ ਰੱਖਣੀ ਚਾਹੀਦੀ ਹੈ ਤੇ ਮਤਲਬ ਹੈਕਰਸ ਵਗੈਰਾ ਕਦੀ ਵੀ ਤੁਹਾਨੂੰ ਕੋਈ ਲਿੰਕ ਦੇ ਥਰੂ ਮਤਲਬ ਕਿ ਤੁਹਾਡਾ ਚੈਨਲ ਹੈਕ ਕਰ ਸਕਦੇ ਨੇ ਜਾਂ ਫਿਰ ਕਦੀ ਸਪான்ਸਰਸ਼ਿਪ ਹੋ ਰਹੀ ਦਰੀ ਇਹ ਚੀਜ਼ਾਂ ਕਰਕੇ ਗਾਈਜ਼ ਸੋ ਪਲੀਜ਼ ਕਦੀ ਵੀ ਆਪਣੀ ਇਨਫੋਰਮੇਸ਼ਨ ਜਾਂ ਫਿਰ ਕਿਸੇ ਨਾਲ ਸ਼ੇਅਰ ਨਾ ਕਰੋ ਤੇ ਆਪਣੀ ਜਿਹੜਾ ਵੀ Gmail ਹੈ ਨਾ ਸਪான்ਸਰਸ ਵਾਸਤੇ ਉਹ ਹਮੇਸ਼ਾ ਅਲੱਗ ਬਣਾ ਕੇ ਰੱਖੋ ਨਾ ਕਿ ਜਿਹੜਾ ਚੈਨਲ ਦੇ ਜਿੱਤੇ ਚੈਨਲ ਚੱਲਦੇ ਉਹ ਹੀ Gmail ਰੱਖੋ ਸੋ ਇਹਦੇ ਨਾਲ ਤੁਹਾਡੇ ਚੈਨਲ ਨੂੰ ਹੈਕ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਸੋ ਆਸ ਦੀ ਵੀਡੀਓ ਚ ਬਸ ਇੰਨਾ ਹੀ ਮੈਂ ਹੂਪ ਕਰਦਾ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇਗੀ ਸੋ ਪਲੀਜ਼ ਲਾਈਕ ਵੀ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦਿਓ ਬੈਲ ਆਈਕਨ ਉੱਤੇ ਸੈੱਟ ਕਰ ਲਿਓ ਤਾਂ ਕਿ ਉਸ ਬੰਦੇ ਦੀ ਵੀ ਬਹੁਤ ਜ਼ਿਆਦਾ ਹੈਲਪ ਹੋ ਸਕੇ ਸੋ ਸ਼ੇਅਰ ਵੀ ਕਰ ਦਿਓ ਤੇ ਗਾਈਜ਼ ਯਾਰ ਇੱਕ ਚੀਜ਼ ਲਾਸਟ ਦੱਸਣੀ ਰਹੀ ਸੀ ਵੀ ਉਹ ਕਲ ਕਾ ਲੋਂਡਾ ਜਿਹੜਾ ਮਤਲਬ ਚੈਨਲ ਹੈਕ ਹੋਇਆ ਆ ਉਹਦੇ ਤੇ ਵੇਖਿਆ ਤੁਸੀਂ ਵੀਡੀਓਜ਼ ਵਗੈਰਾ ਸਭ ਕੁਝ ਉਹਨੇ ਡਿਲੀਟ ਕਰਕੇ ਜਾਂ ਪ੍ਰਾਈਵੇਟ ਕਰਤੀਆਂ ਹੋਈਆਂ ਨੇ ਸੋ ਤਾਂ ਕਰਕੇ ਸਾਨੂੰ ਕਦੀ ਵੀ ਇਸ ਕੰਮ ਵਿੱਚ ਨਹੀਂ ਪੈਣਾ ਚਾਹੀਦਾ ਐਂਡ ਸਾਨੂੰ ਆਪਾਂ ਸਾਰਿਆਂ ਨੂੰ ਇੱਕ ਚੀਜ਼ ਦੇ ਵਿੱਚ ਮਤਲਬ ਫੋਕਸ ਕਰ ਲੈਣਾ ਚਾਹੀਦਾ ਵੀ ਸਾਡੀ ਸਿਕਿਉਰਿਟੀ ਕਿੰਨੀ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਕੋਈ ਵੀ ਸਾਡੀ ਪਰਸਨਲ ਲਾਈਫ ਨੂੰ ਹੈਕ ਕਰ ਸਕਦਾ